ਇੰਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਅਚਰਜ ਮੰਨਿਆ ਜੋ ਉਹ ਤੀਵੀ ਨਾਲ ਗੱਲਾਂ ਕਰਦਾ ਹੈ। ਤਾਂ ਵੀ ਕਿਸੇ ਨੇ ਨਾ ਆਖਿਆ ਭਈ ਤੂੰ ਕੀ ਮੰਗਦਾ ਹੈ ਜਾਂ ਉਸ ਨਾਲ ਕਿਉਂ ਗੱਲਾਂ ਕਰਦਾ ਹੈ। ਉਪਰੰਤ ਤੀਵੀ ਆਪਣਾ ਘੜਾ ਛੱਡ ਕੇ ਨਗਰ ਵਿੱਚ ਗਈ ਅਤੇ ਲੋਕਾਂ ਨੂੰ ਆਖਣ ਲੱਗੀ, ਚਲੋ ਇੱਕ ਮਨੁੱਖ ਨੂੰ ਵੇਖੋ ਜਿਹਨੇ ਜੋ ਕੁਝ ਮੈਂ ਕੀਤਾ ਸਭ ਮੈਨੂੰ ਦੱਸ ਦਿੱਤਾ, ਇਹ ਕਿਤੇ ਮਸੀਹ ਤਾਂ ਨਹੀਂ। ਤਾਂ ਉਹ ਨਗਰੋਂ ਨਿਕਲ ਕੇ ਉਸਦੇ ਕੋਲ ਆਉਣ ਲੱਗੇ। ਇੰਨੇ ਨੂੰ ਚੇਲਿਆਂ ਨੇ ਇਹ ਕਹਿ ਕੇ ਉਸਦੇ ਅੱਗੇ ਅਰਜ਼ ਕੀਤੀ ਕਿ ਸੁਆਮੀ ਜੀ ਖਾ ਲੈ, ਪਰ ਉਸਨੇ ਉਹਨਾਂ ਨੂੰ ਆਖਿਆ, ਖਾਣ ਲਈ ਮੇਰੇ ਕੋਲ ਭੋਜਨ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ। ਇਸ ਕਾਰਨ ਚੇਲੇ ਆਪਸ ਵਿੱਚ ਕਹਿਣ ਲੱਗੇ ਕਿ ਕੋਈ ਇਹਦੇ ਖਾਣ ਲਈ ਕੁਝ ਲਿਆਇਆ ਹੈ। ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਪਰ ਉਹਦਾ ਕੰਮ ਸੰਪੂਰਨ ਕਰਾਂ। ਕੀ ਤੁਸੀਂ ਨਹੀਂ ਆਖਦੇ ਕਿ ਅਜੇ 4 ਮਹੀਨੇ ਹਨ ਤਦ ਵਾਢੀ ਹੋਵੇਗੀ? ਵੇਖੋ ਮੈਂ ਤੁਹਾਨੂੰ ਆਖਦਾ, ਜੋ ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ। ਜਿਹੜਾ ਵੱਢਦਾ ਹੈ ਉਹ ਮਜ਼ਦੂਰੀ ਲੈਂਦਾ ਅਤੇ ਸਦੀਪਕ ਜੀਵਨ ਲਈ ਫਲ ਇਕੱਠਾ ਕਰਦਾ ਹੈ, ਤਾਂ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਆਨੰਦ ਹੋਣ। ਕਿਉਂ ਜੋ ਇਸ ਤੇ ਇਹ ਕਹਾਵਤ ਠੀਕ ਫੱਬਦੀ ਹੈ ਕਿ ਬੀਜੇ ਕੋਈ ਤੇ ਵੱਢੇ ਕੋਈ। ਜਿਹਦੇ ਵਿੱਚ ਤੁਸੀਂ ਮਿਹਨਤ ਨਾ ਕੀਤੀ ਉਹਦੇ ਵੱਢਣ ਨੂੰ ਮੈਂ ਤੁਹਾਨੂੰ ਘੱਲਿਆ, ਹੋਰਨਾਂ ਨੇ ਮਿਹਨਤ ਕੀਤੀ ਔਰ ਤੁਸੀਂ ਉਹਨਾਂ ਦੀ ਮਿਹਨਤ ਵਿੱਚ ਸਾਂਝੀ ਹੋਏ। ਉਸ ਨਗਰ ਦੇ ਸਾਮਰੀਆਂ ਵਿੱਚੋਂ ਬਹੁਤਿਆਂ ਨੇ ਉਸ ਤੀਵੀਂ ਦੇ ਕਹਿਣ ਕਰਕੇ ਉਸ ਉੱਤੇ ਨਿਹਚਾ ਕੀਤੀ ਕਿ ਉਹਨੇ ਸਾਖੀ ਦਿੱਤੀ ਸੀ ਵੀ ਜੋ ਕੁਝ ਮੈਂ ਕੀਤਾ ਹੈ ਉਸਨੇ ਸਭੋ ਮੈਨੂੰ ਦੱਸ ਦਿੱਤਾ। ਸੋ ਉਹਨਾਂ ਸਾਮਰੀਆਂ ਨੇ ਜਾਂ ਉਸਦੇ ਕੋਲ ਆਏ ਤਾਂ ਉਸਦੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲ ਹੀ ਰਹੋ। ਫਿਰ ਉਹ 2 ਦਿਨ ਉੱਥੇ ਰਿਹਾ ਔਰ ਉਸਦੇ ਬਚਨ ਦੇ ਕਾਰਨ ਬਹੁਤਿਆਂ ਨੇ ਨਿਹਚਾ ਕੀਤੀ ਅਤੇ ਉਸ ਤੀਵੀ ਨੂੰ ਕਿਹਾ, ਹੁਣ ਜੋ ਅਸੀਂ ਨਿਹਚਾ ਕਰਦੇ ਹਾਂ ਸੋ ਤੇਰੇ ਕਹਿਣ ਕਰਕੇ ਨਹੀਂ, ਕਿਉਂਕਿ ਅਸਾਂ